ਇੱਕ ਗਾਉਣ ਵਾਲਾ ਵੀਰ ਹੈ ਸਿੱਧੂ ਮੂਸੇਵਾਲਾ, ਉਹਦਾ ਇੱਕ ਗੀਤ ਮੇਰੇ ਵੀਰ ਨੇ ਮੈਨੂੰ ਲਿੰਕ ਸੈਂਡ ਕੀਤਾ, ਮੇਰੇ ਮਿੱਤਰ ਨੇ। ਉਹ ਆਪਣੇ ਗੀਤ 'ਚ ਕਹਿ ਰਿਹਾ, ਕਹਿੰਦਾ ਜੱਟੀ ਦੀ ਤਸੀਰ ਆ ਨਾ ਜਿਹੜੀ, ਉਹ ਮਾਤਾ ਭਾਗੋ ਵਰਗੀ ਆ, ਅਤੇ ਜਿਹੜੀ ਜੱਟੀ ਦੀ ਤਸੀਰ ਮਾਤਾ ਭਾਗੋ ਵਰਗੀ ਆ ਉਹਦਾ ਸ਼ੌਂਕ ਆ। ਉਹਦਾ ਸ਼ੌਂਕ ਪਤਾ ਕੀ ਆ? ਕਹਿੰਦਾ ਉਹ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੀ ਆ। ਅਤੇ ਮੈਂ ਵੀਰ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੂੰ ਇੱਕ ਵਾਰੀ ਕਮਲਿਆ ਮਾਤਾ ਭਾਗ ਕੌਰ ਦਾ ਇਤਿਹਾਸ ਪੜ੍ਹ ਕੇ ਤਾਂ ਵੇਖਦਾ। ਭਾਈ ਲੰਗਾਹ ਦੇ ਪਰਿਵਾਰ ਨਾਲ ਸੰਬੰਧਿਤ ਹੈ ਮਾਤਾ ਭਾਗ ਕੌਰ। ਭਾਈ ਲੰਗਾਹ ਉਹ ਨੇ ਜਿਹੜੇ ਪੰਜਵੇਂ ਪਾਤਸ਼ਾਹ ਤੋਂ ਬਾਬੇ ਨਾਨਕ ਦੇ ਘਰ ਨਾਲ ਜੁੜੇ ਹੋਏ ਆ। ਭਾਈ ਲੰਗਾਹ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਬੱਚੀ ਦੇ ਆਨੰਦ ਕਾਰਜ ਭਾਈ ਲੰਗਾਹ ਹੁਣਾਂ ਦੇ ਨਗਰ ਇਹਨਾਂ ਦੇ ਘਰ 'ਚ ਹੋਏ ਸੀ। ਮਾਤਾ ਭਾਗ ਕੌਰ ਦੇ ਜੇਠ, ਮਾਤਾ ਭਾਗ ਕੌਰ ਦਾ ਪਤੀ, ਮਾਤਾ ਭਾਗ ਕੌਰ ਦੇ ਦੋ ਭਾਈ ਖਿਦਰਾਣੇ ਦੀ ਜੰਗ ਵਿੱਚ ਸ਼ਹੀਦ ਹੋਏ ਨੇ, ਮੁਕਤਸਰ ਸਾਹਿਬ। ਉਹ ਮਾਤਾ ਭਾਗ ਕੌਰ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਨੂੰ ਮਾਣਿਆ ਆਪਣੀ ਜ਼ਿੰਦਗੀ ਦੇ ਵਿੱਚ। ਇਹ ਕਹਿ ਰਿਹਾ ਕਿ ਮਾਤਾ ਭਾਗੋ ਦੀ ਤਸੀਰ ਹੈ ਜਿਹੜੀ ਜੱਟੀ 'ਚ, ਉਹ ਸਿੱਧੂ ਮੂਸੇਵਾਲੇ ਦੇ ਗੀਤ ਸੁਣਦੀ ਹੈ। ਕਮਲਿਆ ਜਿਹਦੇ ਵਿੱਚ ਤਸੀਰ ਹੋਏਗੀ ਮਾਤਾ ਭਾਗ ਕੌਰ ਦੀ, ਉਹ ਤੇਰੇ ਗੀਤ ਨਹੀਂ ਸੁਣੇਗੀ, ਉਹ ਦੁੱਕੀ ਤਿੱਕੀ ਦੇ ਗਾਇਕਾਂ ਨੂੰ ਨਹੀਂ ਸੁਣੇਗੀ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਣੇਗੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੇਗੀ, ਆਪਣੇ ਗੁਰੂਆਂ ਦੇ ਇਤਿਹਾਸ 'ਤੇ, ਆਪਣੇ ਯੋਧਿਆਂ ਦੇ ਇਤਿਹਾਸ 'ਤੇ ਮਾਣ ਕਰੇਗੀ। ਮਾਤਾ ਭਾਗ ਕੌਰ ਦੀ ਤਸੀਰ ਤਾਂ ਇਹ ਆ ਵੀ ਗੁਰੂ ਨਾਲੋਂ ਬੇਮੁੱਖ ਹੋ ਕੇ ਗੁਰੂ ਨੂੰ ਬਿਦਾਵਾ ਦੇ ਕੇ ਜਾ ਰਹੇ ਸਿੰਘਾਂ ਨੂੰ ਮਾਤਾ ਭਾਗ ਕੌਰ ਗੁਰਮਤ ਦੀਆਂ ਦਲੀਲਾਂ ਦੇ ਕੇ ਗੁਰੂ ਦੇ ਚਰਨਾਂ ਨਾਲ ਜੋੜ ਦਿੰਦੀ ਹੈ। ਮਾਤਾ ਭਾਗ ਕੌਰ ਦੀ ਤਸੀਰ ਤਾਂ ਇਹ ਕੰਮ ਕਰਦੀ ਹੈ ਕਿ ਗੁਰੂ ਤੋਂ ਬੇਮੁੱਖ ਹੋਇਆਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਦੀ ਹੈ। ਮਾਤਾ ਭਾਗ ਕੌਰ ਦੀ ਤਸੀਰ ਵਾਲੀ ਤੁਹਾਡੇ ਵਰਗੇ ਦੇ ਗੀਤ ਨਹੀਂ ਸੁਣਦੀ। ਅਸਲ 'ਚ ਇਹਨਾਂ ਲੋਕਾਂ ਦੇ ਮੂੰਹ ਖੁੱਲ੍ਹੇ ਕਿਵੇਂ? ਇੱਥੇ ਸਾਡੇ ਕਹਿ ਲਓ ਵੀ ਇੱਦਾਂ ਦੇ ਰਾਈਟਰਾਂ ਨੇ ਇਹੋ ਜਿਹਾ ਕੁਝ ਲਿਖਤਾ ਮਾਤਾ ਭਾਗ ਕੌਰ ਦੀ ਸ਼ਖਸੀਅਤ ਬਾਰੇ ਕਿ ਖਿਦਰਾਣੇ ਦੀ ਢਾਬ ਤੋਂ ਬਾਅਦ ਮਾਤਾ ਭਾਗ ਕੌਰ ਨੇ ਵਸਤਰ ਨਹੀਂ ਪਹਿਣੇ, ਸਾਰੀ ਜ਼ਿੰਦਗੀ ਨਗਨ ਅਵਸਥਾ 'ਚ ਰਹੇ। ਬੜਾ ਕੁਫਰ ਤੋਲਿਆ ਸਾਡੇ ਇਤਿਹਾਸਕਾਰਾਂ ਨੇ, ਅਤੇ ਸਿਰ 'ਤੇ ਕੁੰਡਾ ਨਾ ਹੋਣ ਕਰਕੇ, ਸੇ ਕੋਈ ਕੰਟਰੋਲ ਪ੍ਰਬੰਧਕੀ ਬੋਰਡ ਨਾ ਹੋਣ ਕਰਕੇ ਇਹੋ ਜਿਹਾ ਕੁਝ ਵਿਕਦਾ ਆ ਰਿਹਾ, ਸਟੇਜਾਂ 'ਤੇ ਸੁਣਾਇਆ ਜਾ ਰਿਹਾ। ਜੇ ਕਿਤੇ ਸੁਧਾਰ ਕਰੀਏ, ਸਾਡੇ ਆਗੂ ਲੀਡਰਾਂ ਦਾ ਭੈ ਛੱਡ ਕੇ ਗੁਰੂ ਦੇ ਭੈ 'ਚ ਆ ਜਾਣ ਤਾਂ ਸੁਧਾਰ ਹੋ ਸਕਦਾ ਹੈ। ਪੰਜਾਬ, ਪੰਜਾਬੀਅਤ 'ਤੇ, ਸਾਡੇ ਇਤਿਹਾਸ 'ਤੇ, ਸਾਡੇ ਗੁਰੂਆਂ 'ਤੇ, ਸਾਡੇ ਯੋਧਿਆਂ 'ਤੇ ਬੜੇ ਤਰੀਕੇ ਨਾਲ ਮਾਰੂ ਹਮਲੇ ਹੋ ਰਹੇ ਆ। ਤੁਸੀਂ ਵੇਖੋ, ਆ ਗੁਰਦਾਸ ਮਾਨ ਕਹਿ ਰਿਹਾ ਸੀ ਪੰਜਾਬੀ ਬੋਲੀ ਦੇ ਹੱਕ ਵਿੱਚ ਬੋਲਣ ਦੀ ਬਜਾਏ, ਮੈਂ ਵੀਡੀਓ ਵੇਖੀ ਉਹਦੀ, ਪੰਜਾਬੀ ਬੋਲ ਖਾਧੇ ਪੰਜਾਬੀ ਬੋਲੀ ਦਾ, ਅਤੇ ਭਾਸ਼ਾ ਰਾਸ਼ਟਰੀ ਭਾਸ਼ਾ ਦੀ ਬਲ ਸਟੇਟ ਦੇ ਮਤਲਬ ਜਿਹੜੀ ਕਹਿ ਲਓ ਵੀ ਉਹ ਬਹੁ ਗਿਣਤੀ ਦੇ ਹੱਕ 'ਚ ਬੋਲ ਰਿਹਾ। ਕਹਿੰਦਾ ਫਿਰ ਕੀ ਆ, ਸਾਰੇ ਦੇਸ਼ ਦੀ ਇੱਕ ਭਾਸ਼ਾ ਹੋ ਜਾਏ? ਕਮਾਲ ਹੈ, ਤੂੰ ਖਾਂਦੇ ਪੰਜਾਬੀ ਦੇ ਨਾਂ 'ਤੇ ਪੰਜਾਬੀ ਦੇ ਟੁੱਕੜ ਖਾਂਦੇ ਹੋ, ਪੰਜਾਬੀ ਦੇ ਗਾਇਕ ਹੋਣ ਦਾ, ਮਾਂ ਬੋਲੀ ਦੀ ਸੇਵਾ ਕਰਨ ਦਾ ਨਾਰਾ ਲਾ ਕੇ ਤੁਸੀਂ ਘਰ ਭਰ ਲਏ, ਅਤੇ ਅੱਜ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਗੁਰਮੁਖੀ ਦੇ ਹੱਕ 'ਚ ਬੋਲਣਾ ਤੁਹਾਨੂੰ ਤੰਦੂਆ ਪੈਂਦਾ? ਕਿਉਂ ਨਹੀਂ ਬੋਲਦੇ ਤੁਸੀਂ ਖੁੱਲ੍ਹ ਕੇ ਪੰਜਾਬੀ ਦੇ ਹੱਕ 'ਚ? ਕਹਿੰਦਾ ਕਿ ਸਾਰੇ ਦੇਸ਼ ਦਾ ਭਲਾ ਹੋਏਗਾ, ਇੱਕ ਭਾਸ਼ਾ ਹੋਏਗੀ। ਅੱਛਾ, ਕੱਲ੍ਹ ਨੂੰ ਇਹ ਬਹੁ ਗਿਣਤੀ ਕਹੇਗੀ ਕਿ ਸਾਰਿਆਂ ਦਾ ਪਹਿਰਾਵਾ ਇੱਕ ਹੋਣਾ ਚਾਹੀਦਾ, ਸਾਰਿਆਂ ਦਾ ਖਾਣ ਪੀਣ ਇੱਕ ਹੋਣਾ ਚਾਹੀਦਾ, ਸਾਰਿਆਂ ਦਾ ਚਿਹਰਾ ਇੱਕ ਹੋਣਾ ਚਾਹੀਦਾ। ਤੁਹਾਡੇ ਦਾੜੀ ਰੱਖੀ ਸਾਨੂੰ ਪਸੰਦ ਨਹੀਂ ਹੈ, ਸ਼ੇਵ ਕਰਾ ਲਓ, ਫਿਰ ਦੇਸ਼ ਮਜ਼ਬੂਤ ਹੋਏਗਾ, ਰਾਸ਼ਟਰ ਮਜ਼ਬੂਤ ਹੋਏਗਾ। ਤੁਸੀਂ ਪੱਗਾਂ ਲਾ ਦਿਓ, ਰਾਸ਼ਟਰ ਦੀ ਮਜ਼ਬੂਤੀ ਲਈ ਪਹਿਲਾਂ ਭਾਸ਼ਾ ਇੱਕ ਕਰੋ, ਫਿਰ ਪਹਿਰਾਵਾ ਇੱਕ ਕਰੋ, ਫਿਰ ਖਾਣ ਪੀਣ ਇੱਕ ਕਰੋ। ਕੱਲ੍ਹ ਨੂੰ ਇਹ ਲੋਕ ਗੱਲ ਕਹਿਣਗੇ, ਗੁਰਦਾਸ ਮਾਨ ਚਿੜਦਾ, ਓਕੇ, ਸੋਸ਼ਲ ਮੀਡੀਆ 'ਤੇ ਬੈਠੇ ਲੋਕ ਬੋਲਦੇ। ਅਸਲ 'ਚ ਇਹ ਤਕਲੀਫ ਕਿੱਥੋਂ ਹੋਈ? ਜੇ ਹੁਕਮ ਚੰਦ ਨੂੰ ਜਿਹਨੇ ਪੰਜਾਬੀ ਭਾਸ਼ਾ ਦੇ ਖਿਲਾਫ ਕੁਝ ਬੋਲਿਆ ਸੀ ਉਹਨੂੰ ਜੇ ਮਾਫ਼ੀ ਮੰਗਣੀ ਪਈ, ਉਹ ਸੋਸ਼ਲ ਮੀਡੀਆ ਹੀ ਕਾਰਨ ਆ ਕਿ ਸੋਸ਼ਲ ਮੀਡੀਆ 'ਤੇ ਬੈਠੇ ਸਾਡੇ ਭੈਣ ਭਰਾਵਾਂ ਨੇ, ਚਾਹੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਜਿਹੜੇ ਪੰਜਾਬੀਅਤ ਨੂੰ ਪਿਆਰ ਕਰਦੇ ਆ, ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਆ, ਚਾਹੇ ਉਹ ਕਿਸੇ ਵੀ ਜਾਤ ਮਜ਼ਹਬ ਧਰਮ ਨਾਲ ਸੰਬੰਧਿਤ ਸੀ, ਉਹਨਾਂ ਨੇ ਪੂਰਾ ਡਟ ਕੇ ਵਿਰੋਧ ਕੀਤਾ ਹੁਕਮ ਚੰਦ, ਅਤੇ ਤੋਂ ਮਾਫ਼ੀ ਮੰਗਵਾਈ। ਇਹ ਗੁਰਦਾਸ ਮਾਨ ਕਹਿੰਦਾ ਕਿ ਸੋਸ਼ਲ ਮੀਡੀਆ 'ਤੇ ਕੁਝ ਲੋਕ ਬੈਠੇ ਆ, ਅਸਲ 'ਚ ਭਾਜੜ ਪਾ ਰੱਖੀ ਇਹਨਾਂ ਨੂੰ, ਜਿਹੜੇ ਸਿਆਣੇ ਲੋਕ ਆ ਉਹਨਾਂ ਨੇ। ਇਹ ਗੁਰਦਾਸ ਮਾਨ ਪੰਜਾਬੀ ਦੇ ਹੱਕ 'ਚ ਬੋਲਣ ਦੀ ਬਜਾਏ ਪੰਜਾਬੀ ਵਿਰੋਧੀਆਂ ਦੇ ਹੱਕ 'ਚ ਭੁਗਤ ਰਿਹਾ ਬੜੇ ਤਰੀਕੇ ਨਾਲ। ਸੁਚੇਤ ਹੋਣ ਦੀ ਲੋੜ ਆ ਸਾਨੂੰ ਇਹਨਾਂ ਲੋਕਾਂ ਤੋਂ, ਸਾਨੂੰ ਸਿਆਣੇ ਬਣਨਾ ਪੈਣਾ, ਗੁਰੂ ਤੋਂ ਬਰੀਕ ਅਕਲ ਲੈ ਕੇ ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੇ ਬੁੱਧ ਵਿਵੇਕਾ, ਸਾਨੂੰ ਪਹਿਚਾਣ ਕਰਨੀ ਪੈਣੀ ਹੈ ਸਾਡੇ ਹੱਕ 'ਚ ਕੌਣ ਹੈ, ਸਾਡੇ ਵਿਰੋਧ 'ਚ ਕੌਣ ਹੈ।